ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਅੱਜ ਪਹੁੰਚੇ ਹਾਂ ਜੀ ਕੁਈਨ ਅਤੇ ਏਅਰਪੋਰਟ ਵਾਲੇ ਜਿਹੜਾ ਵਾਲਮਾਰਟ ਆ ਉਹਦੇ ਕੋਲ। ਸੋ ਇਹ ਵਾਲਮਾਰਟ ਵਾਲੀ ਪਾਰਕਿੰਗ ਦੇ ਵਿੱਚ ਜਿਹੜੇ ਸਾਰੇ ਲਾਈਕ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਦਿੱਲੀ ਦੇ ਵਿੱਚ ਸਾਰੇ, ਹੈ ਨਾ, ਜਿਹੜੇ ਫਾਰਮਰਸ ਨੂੰ ਸਪੋਰਟ ਕਰ ਰਹੇ ਨੇ ਉਹ ਸਾਰੇ ਅੱਜ ਉਰੇ ਇਕੱਠੇ ਹੋਏ ਨੇ। ਮੈਂ ਆਪਣੇ ਫੁੱਟਬਾਲ ਵਾਲੇ ਗਰੁੱਪ ਦੇ ਵਿੱਚ ਮੈਸੇਜ ਪੜਿਆ ਸੀਗਾ ਵੀ ਉਰੇ ਇਕੱਠ ਹੋ ਰਿਹਾ ਵਾ, ਸੋ ਮੈਂ ਤੇ ਆ ਵੀ ਹੁਣੇ ਆ ਗਏ। ਹਾਲਾਂਕਿ ਰਾਤ ਮੈਂ ਸੁੱਤਾ ਨਹੀਂ ਸੀਗਾ, ਪਰ ਇਹ ਚੀਜ਼ ਹੀ ਇੰਨੀ ਜ਼ਿਆਦਾ ਜ਼ਰੂਰੀ ਆ। ਸਾਰੇ ਜਾਣੇ ਜਿੱਥੇ ਜਿੱਥੇ ਵੀ ਹੈਗੇ ਨੇ ਆਪਣਾ ਇਹਦੇ ਵਿੱਚ ਹਿੱਸਾ ਪਾ ਰਹੇ ਨੇ ਵੱਧ ਚੜ ਕੇ, ਸੋ ਆਪਣਾ ਵੀ ਫਰਜ਼ ਬਣਦਾ ਵਾ ਵੀ ਇਹਨਾਂ ਨੂੰ ਸਾਰਿਆਂ ਨੂੰ ਸਪੋਰਟ ਕੀਤਾ ਜਾਵੇ। ਰਵੀ ਵੀ ਆਊਗਾ, ਰਵੀ ਵੀ ਪਲਾਜ਼ੇ ਦੇ ਵਿੱਚ ਹੀ ਆ, ਉਹਨੂੰ ਉੱਧਰ ਥੋੜ੍ਹਾ ਜਿਹਾ ਸਮਾਨ ਲੈਣ ਭੇਜਿਆ ਹੋਇਆ ਵਾ। ਵਿਦੇਸ਼ਾਂ 'ਚ ਬਹਿ ਕੇ ਵੀ ਜਿੰਨੇ ਵੀ ਸਾਰੇ ਪਰਦੇਸੀ ਵੀਰ ਨੇ ਐਨ ਪੂਰਾ ਪੰਜਾਬ ਦਾ ਕਿੰਨਾ ਖਿਆਲ ਰੱਖਦੇ ਆ, ਸਾਰੇ ਜਾਣੇ ਇਕੱਠੇ ਹੋਏ ਆ। ਸੋ ਲੈਟਸ ਗੋ ਆਊਟਸਾਈਡ ਅਤੇ ਦੇਖਦੇ ਹਾਂ ਆਪਾਂ ਵੀ ਕੀ ਹਿਸਾਬ ਕਿਤਾਬ ਆ ਬਾਹਰ। ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇੰਨੇ ਸਾਰੇ ਜਾਣੇ ਕਨੇਡਾ ਦੇ ਵਿੱਚ ਉਰੇ ਇਕੱਠੇ ਹੋਏ ਨੇ, ਅਤੇ ਇਹ ਸਾਡੇ ਸੌਕਰ ਪਰਿਵਾਰ ਦਾ ਹਿੱਸਾ ਨੇ ਜੀ, ਭੀਸ਼ਮ ਵੀਰਾ, ਨੀਟਾ ਭਾਅ ਜੀ। ਇਹ ਦੇਖੋ ਇਹਨਾਂ ਦੇ ਹੱਥਾਂ ਦੇ ਵਿੱਚ ਸਾਈਨ ਫੜੇ ਹੋਏ ਨੇ, ਨੋ ਫਾਰਮਰ ਨੋ ਫੂਡ, ਸੇਫ ਫਾਰਮਰ ਸੇਫ ਪੰਜਾਬ। ਭੀਸ਼ਮ ਵੀਰਾ, ਤੁਸੀਂ ਦੱਸੇਂਗੇ ਆਪਾਂ ਉਰੇ ਕਾਹਤੇ ਇਕੱਠੇ ਹੋਏ ਆ ਸਾਰੇ ਜਾਣੇ? ਆਪਾਂ ਜੀ ਇੱਥੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਕੀਤੇ ਆ ਮੋਦੀ ਸਰਕਾਰ ਨੇ, 3 ਆ ਵੈਸੇ ਮੇਜਰ ਰਾਈਟ, ਅਤੇ ਉਹਨੂੰ ਰੱਦ ਕਰਨ ਦੇ ਲਈ ਇਕੱਠੇ ਹੋਏ ਆ। ਬਾਕੀ ਪੰਜਾਬ ਦੇ ਵਿੱਚ ਵੀ ਬਹੁਤ ਕੋਸ਼ਿਸ਼ ਕਰ ਰਹੇ ਲੋਕ, ਆਪਾਂ ਤਾਂ ਇੱਥੇ ਚਲੋ ਖੜੇ ਹੀ ਹੋਣਾ ਆ, ਉੱਥੇ ਦੇਖ ਲਓ ਪਾਣੀ ਦੇ ਚਾਰਾਂ ਸਹਿ ਰਹੇ ਆ ਲੋਕ, ਅਤੇ ਗੋਲੀ ਵੀ ਹੋ ਸਕਦੀ ਆ ਆਪਾਂ ਤਾਂ ਇੱਥੇ ਖੜਨਾ। ਸੋ ਪਲੀਜ਼ ਟਰਾਈ ਕਰਿਓ, ਜਿੰਨੇ ਵੀ ਆ ਮੇਰੇ ਵੀਰ ਭੈਣ ਭਰਾ ਬਾਹਰ ਨਿਕਲੋ, ਅਤੇ ਫੇਸਬੁੱਕ ਵਟਸਐਪ ਕਿਤੇ ਵੀ ਗਰੁੱਪ 'ਤੇ ਹੋ ਸਕਦਾ ਜ਼ਰੂਰ ਐਡ ਪਾਓ। ਅਤੇ ਸਾਰਿਆਂ ਨੇ ਮਾਸਕ ਪਹਿਨੇ ਹੋਏ ਨੇ ਮੋਸਟਲੀ, ਅਤੇ ਦੇਖੋ ਸਾਰੇ ਬਹੁਤ ਸੁਚੱਜੇ ਢੰਗ ਨਾਲ ਐਨ ਸਪੋਰਟ ਕਰ ਰਹੇ ਨੇ, ਕੋਈ ਉਰੇ ਵਾਇਲੈਂਸ ਨਹੀਂ ਹੈਗੀ। ਅਤੇ ਮੋਸਟਲੀ ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਵਾ ਵੀ ਉਹਨੂੰ ਵਾਇਲੈਂਸ ਦਾ ਨਾਮ ਦਿੱਤਾ ਜਾ ਰਿਹਾ ਵਾ ਹੋਰ ਮੀਡੀਆ ਦੇ ਵਿੱਚ, ਹਾਲਾਂਕਿ ਉਹ ਮੂਵਮੈਂਟ ਨਹੀਂ ਹੈਗੀ ਜਿਹੜੀ ਉਹ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਵਿੱਚ। ਅਤੇ ਆਪਣੇ ਨੀਟਾ ਭਾਅ ਜੀ ਦੇਖੋ ਗੱਡੀਆਂ ਦੇ ਉੱਤੇ ਸਾਈਨ ਲਾਇਆ ਹੋਇਆ ਵਾ, ਨੌਜਵਾਨ ਕਿਸਾਨ ਏਕਤਾ ਰੋਸ ਦਾ ਸਾਈਨ ਲਾਇਆ ਹੋਇਆ ਵਾ। ਅਤੇ ਹਾਂਜੀ ਆੜੀ, ਤੈਨੂੰ ਪਤਾ ਕਾਹਦੇ ਪਹੁੰਚਿਆ ਪਰ? ਹਾਂਜੀ, ਜਿਹੜੇ ਹਾਲਾਤ ਆਪਣੇ ਮੋਦੀ ਸਾਹਿਬ ਕਰ ਰਹੇ ਨੇ ਇੰਡੀਆ 'ਚ ਉਹ ਸਹੀ ਨਹੀਂ ਹੈਗੇ, ਅਤੇ ਕਿਸਾਨ ਚਾਹੁੰਦੇ ਨੇ ਵੀ ਉਹ ਮੋਦੀ ਨੂੰ ਸਟੋਪ ਕਰਨ ਹਟਾਉਣ। ਯੈਸ, ਇਹ ਵੀ ਆਪਣਾ ਯੂਟਿਊਬ ਚੈਨਲ ਦੇਖਿਆ ਕਦੇ ਪਹਿਲਾਂ? ਹਾਂਜੀ। ਠੀਕ ਆ ਠੀਕ ਆ ਠੀਕ ਆ ਠੀਕ ਆ। ਤੇ ਭਾਜੀ ਕਿੰਨੇ ਵਜੇ ਪਹੁੰਚੇ ਸੀਗੇ ਉਰੇ? ਅਸੀਂ ਤਾਂ ਸਵੇਰੇ ਆਏ ਸੀ, ਪੂਰੇ 10 ਵਜੇ ਦੇ ਆਏ ਮਨੀ ਸ਼ੇਰਾ। ਉਹ ਠੀਕ ਆ, ਸਵੇਰੇ ਟਾਈਮ ਨਾਲ ਆ ਗਏ ਸੀ, ਕਿਆ ਦੇਖ ਲਓ ਹੁਣ ਅਸੀਂ। ਮੈਂ ਤਾਂ ਉੱਥੇ ਹੀ ਭਾਜੀ 12 ਵਜੇ ਆ, ਫਿਰ ਮੈਂ ਗਰੁੱਪ ਤੇ ਮੈਸੇਜ ਦੇਖਿਆ, ਫਿਰ ਮੈਂ ਇੱਧਰ ਚਲੀ ਆ। ਠੀਕ ਆ ਭਾਜੀ, ਥੈਂਕ ਯੂ। ਸਾਡਾ ਸਾਰਿਆਂ ਨੂੰ ਇਹੀ ਸੁਨੇਹਾ ਵੀ ਮੋਦੀ ਤੱਕ ਪਹੁੰਚਦਾ ਕਰੋ ਭਾਈ, ਕਾਲੇ ਕਾਨੂੰਨ ਆਪਦੇ ਵਾਪਸ ਲਵੇ। ਸਹੀ ਗੱਲ, ਸਾਡੇ ਪੰਜਾਬ 'ਚ ਨਹੀਂ ਲਾਗੂ ਹੋਣੇ, ਕਿਉਂਕਿ ਜਿਹੜੇ ਰੂਲ ਉਹਨੇ ਬਣਾਏ ਨੇ ਸਾਰਿਆਂ ਵਾਸਤੇ, ਉਹੀ ਲੋਕਾਂ ਨੂੰ ਨਹੀਂ ਜਿਹੜੇ ਐਕਸੈਪਟ ਕਰ ਰਹੇ। ਜਿਵੇਂ ਆਪਣੇ 100 ਬੰਦਿਆਂ ਲਈ ਕਿਸੇ ਨੇ ਰੂਲ ਬਣਾਤਾ, ਜੇ ਆਪਾਂ ਨੂੰ ਪਸੰਦ ਨਹੀਂ ਹੈਗਾ ਉਹ ਕੌਣ ਆ ਰੂਲ ਆਪਣਾ ਫੋਰਸ ਕਰ ਲਿਆ? ਮੋਦੀ ਨੂੰ ਇਹ ਚੀਜ਼ ਚਾਹੀਦਾ ਹੈ ਸਿੰਪਲ, ਜੇ ਸਾਨੂੰ ਪਸੰਦ ਨਹੀਂ ਹੈਗਾ ਕੈਂਸਲ ਕਰ ਦੇਵੇ, ਕੈਂਸਲ ਕਰ ਦੇਵੇ, ਦੈਟਸ ਇਟ, ਪ੍ਰੋਬਲਮ ਨਹੀਂ ਹੈਗੀ ਨਾ। ਹਾਲੇ ਵੀ ਉਹ ਰੋਸ ਪ੍ਰਦਰਸ਼ਨ ਨੂੰ ਆਈ ਕਰੀ ਜਾ ਰਹੇ ਨੇ ਵੀ ਕੋਈ ਨਾ ਤੁਸੀਂ ਉਰੇ ਕਰ ਲਓ ਉਰੇ ਕਰ ਲਓ, ਪਰ ਕੋਈ ਸੋਲੂਸ਼ਨ ਨਹੀਂ ਕਰ ਰਹੇ ਹੈਗੇ। ਸਹੀ ਗੱਲ ਆ, ਉਹ ਕਿਉਂਕਿ ਆਪਣੇ ਜਿਹੜੇ ਰੋਸ ਪ੍ਰਦਰਸ਼ਨ ਨੂੰ ਗਲਤ ਰਾਹ ਦੇ ਜਾਂਦੇ, ਖਾਲਿਸਤਾਨੀਆਂ ਜੀ ਜੇ ਆ ਰਾਈਟ, ਪਰ ਉਹਨਾਂ ਨੂੰ ਚਾਹੀਦਾ ਆ ਕਿਸਾਨਾਂ ਦੀ ਗੱਲ ਸੁਣਨੀ, ਤੇ ਜਿਹੜੇ ਕਾਲੇ ਕਾਨੂੰਨ ਰੱਦ ਕਰਨ ਚਾਹੀਦੇ। ਥੈਂਕ ਯੂ। ਅੱਜ ਅਸੀਂ ਬ੍ਰੈਂਟਨ ਵਿੱਚ ਸਾਰੇ ਹੀ ਕਿਸਾਨ ਦੇ ਬੱਚੇ ਤੇ ਬੱਚੀਆਂ ਇਕੱਠੇ ਹੋਏ ਆ ਮੋਦੀ ਸਰਕਾਰ ਦਾ ਵਿਰੋਧ ਕਰਨ। ਸਾਡੇ ਮਾਪਿਓ, ਸਾਡੇ ਦਾਦੇ, ਸਾਡੇ ਪੜਦਾਦੇ, ਸਾਡੀਆਂ ਦਾਦੀਆਂ ਉੱਥੇ ਬੈਨਰਾਂ ਤੇ ਡਾਂਗਾ ਖਾ ਰਹੀਆਂ ਨੇ, ਜਿੰਨਾ ਜ਼ਮੀਨਾਂ ਕਰਕੇ ਅੱਜ ਸਾਡੇ ਸਟੂਡੈਂਟ ਬੱਚੇ, ਅੱਜ ਸਾਡਾ ਸਾਰਾ ਨੌਜਵਾਨ ਪੀੜ੍ਹੀ ਕੈਨੇਡਾ ਵਿੱਚ ਡਾਲਰ ਕਮਾ ਰਿਹਾ ਹੈ। ਅੱਜ ਮੋਦੀ ਸਾਡੀਆਂ ਉਹ ਜ਼ਮੀਨਾਂ ਖੋਹਣ ਨੂੰ ਫਿਰਦਾ ਹੈ, ਉਹਨੂੰ ਇਹ ਨਹੀਂ ਪਤਾ ਕਿ ਜੇ ਚਾਰਾਂ ਨੂੰ ਵੱਢੇਗਾ ਉੱਧਰੋਂ ਹਜ਼ਾਰ ਉੱਗਣਗੇ। ਉਹ ਬੰਦਾ ਜਿਹਨੇ ਮੇਰੇ ਪਰਿਵਾਰ ਦੇ ਮੇਰੇ ਘਰਦਿਆਂ ਦੇ ਗੋਲੀ ਚਲਾਉਣ ਦੀ ਹਿੰਮਤ ਕਰ ਰਿਹਾ, ਤੁਸੀਂ ਆਪ ਸੋਚੋ, ਆਪਣੇ ਦਾਦੇ ਪੜਦਾਦੇ ਉੱਥੇ ਬੈਠੇ ਨੇ, ਆਪਾਂ ਇੱਥੇ ਕੀ ਕਰ ਰਹੇ ਹਾਂ? ਆਪਣੀਆਂ ਮਾਵਾਂ ਆਪਣੀਆਂ ਭੈਣਾਂ ਨੂੰ ਥਾਲੀਆਂ 2 ਟਕੇ ਦੀਆਂ ਹੀਰੋਇਨਾਂ ਗੱਲਾਂ ਕਰਦੀਆਂ ਨੇ, ਕਿਹੜੀ ਗੱਲ ਤੋਂ ਗੱਲਾਂ ਕਰਦੀਆਂ ਨੇ? ਉਹ ਕਹਿੰਦੀਆਂ ਨੇ ਵੀ ਇਹ 100-100 ਦੇ ਕੇ ਨੋਟ ਆ ਜਾਂਦੀਆਂ ਨੇ। ਆਪਾਂ ਨੂੰ ਸੋਸ਼ਲ ਮੀਡੀਆ ਜਿਹੜਾ ਆਪਣਾ ਹੱਥ ਚੱਲਦਾ ਜਿੱਥੇ ਆਪਣੀ ਚੱਲਦੀ ਹੈ ਆਪਾਂ ਨੂੰ ਚਲਾਉਣੀ ਚਾਹੀਦੀ ਹੈ। ਮੈਨੂੰ ਬੜੀ ਖੁਸ਼ੀ ਅੱਜ ਛੋਟੇ ਤੋਂ ਛੋਟਾ ਲੈ ਕੇ ਚਿੱਟੀਆਂ ਦਾੜੀਆਂ ਨੇ ਮੇਰੇ ਬਰਾਬਰ ਖੜੇ ਨੇ, ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸੀਰੀਅਸਲੀ। ਬਹੁਤ ਬਹੁਤ ਦਿਲੋਂ ਗਿਣੀਆਂ ਤੇ ਧੰਨਵਾਦੀਆਂ
जिहड़े अपने उस धरती दे नाल बाहरले देश भी आके जुड़े आ ते इन्हीं अपना फर्ज समझदे होए अज दा इह इकट्ठ कीता जिहड़ा कि करना बहुत जरूरी है। और इत्थे दे वी मैं बाकी सारे जिन्ने भी ऑर्गेनाइजर जथेबंदियां हैगियां बच्चों का मैसेज है एक कि सानू एक हो के सानू ना किसानों का उत्थे मजदूर का सानू डट के उन्होंने साथ देना चाहिए। जिहड़ी भी चीज़ की उन्होंने जरूरत है वो साढ़े अखलाकी फर्ज आ कि असी इतों उन्होंने उपलब्ध कराइए। अज सारे की बहुत धन्यवादी हाँ सारे ने इकट्ठे होके अज अपनी आवाज न वर्ल्ड सुनाया है। मोदी जिन्हें कि लोकतंत्र देश होने के बावजूद भी सिख कौम या किसान सारे कोई भी अपने हक की गल लोकतंत्र के नहीं रख सकता और उन्हें जोड़ा अत्याचार किया है साढ़े बुजुर्गों के उत्ते मैं कहनी मोदी लख की लानत तेरे उत्ते। बुजुर्ग उत्थे लड़दे पए आ तेरे नाल तू उन्हां दी गल ते की सुननी सी तू उन्हां ते पानी दीआं बरसातां ते तू उन्हां ते लाठियां चलाईआं दुर फटे मूंह तेरा। मोदी सरकार मोदी सरकार। सब तो पहला वाहेगुरु जी का खालसा वाहेगुरु जी की फतेह। अज के दिहाड़े मैं धन्यवाद करदा अपने सारे स्टूडेंट वीरां दा जिन्हें भी अपनी पंजाबी कम्यूनिटी इत्थे ब्रैंपटन दे विच रहिंदी है। अज असी बिल्कुल अपना तनो मनो ते बॉडी फ्रॉम हार्ट असी सारा इत्थे रोष पैदा किया ते साडा नैक्सट वेन्यू भी आ रहा कल प्राइमरी गोल स्टेशन ते सारी कम्यूनिटी मैं विद रिसपैक्ट मैं कहना चाहुंदा भी प्लीज़ सारे कल प्राइमरी गोल स्टेशन ते जरूर पहुँचो। तो जी सब तो मोस्ट इंपोर्टेंट थिंग है जी आ साडा जिहड़ा आ हैशटैग वाला सिस्टम आ ये प्लीज यू फॉलो करो आ तुसी नीचे हैशटैग दे सकदे हो फार्मर प्रोटेस्ट स्टैंड विद फार्मर स्टैंड विद फार्मर ज्यादा वरतो ना क्योंकि ये आपा ज्यादा ट्रेंडिंग दे विच ल्याउणागा। हां जी ट्विटर दे वरतन दे विच ज्यादा आपा नु बेनिफिशियल। हां जी प्लीज तुसी हुण जिहड़ियां भी आ हैशटैग दे सुणदे हो प्लीज इन्हां नु हर एक अपनी पोस्ट दे विच जरूर किसी भी सोशल मीडिया प्लेटफॉर्म दे डजंट मैटर कि तुसी इंस्टाग्राम यूज करदे हो ट्विटर यूज करदे हो तुसी सारे अपने प्लेटफॉर्म ते इन्हां नु यूज करो ते मेक श्योर तुसी जिहड़े तुहाडे फैमिली मैंबर ने तुहाडे फ्रेंड ने जिहड़े इंडिया रहिंदे ने जां भावें किहड़ी भी कंट्री दे विच कहिंदे हो तुसी उन्हां नु कहो कि उह जाके अपने किते भी अपना प्रोटेस्ट करन अपना रोस दिखाउण। आपां इत्थे कमरियां च बहि के इह कुछ भी साबित नहीं कर सकदे आपां इन कम्यूनिटी नु सारिआं नु अगे आ के आपां नु दसणा पैणा भी असीं किस कौम तों बिलोंग करदे हां। सो प्लीज़ ये मैसेज सारे जने प्लीज़ शेयर करो सानू अब सब दी साथ दी लोड़ है भावें इंटरनेशनल स्टूडेंट है भावें परमानेंट रेजिडेंट है प्लीज़ एज ए कम्यूनिटी अगे आओ जस्ट नॉट फॉर की फॉरमैलिटी आप कर रहे हैं प्लीज़ सारे रिक्वेस्ट है वाहेगुरु जी का खालसा वाहेगुरु जी की फतेह। हाँ जी हाँ आ ब्रैम लीग ओदी आ फोटो है जी प्लीज़ आ वेन्यू है सारे जने होम होम आके पहुँचो जी। ओके जी थैंक यू सो मच सारे का वंस अगेन जिहड़े भी बंदे पहुँचे यार थैंक यू सो मच एप्रीशिएट करते हैं भी तुसी अपने परिवार के लिए खड़े हो अपनी कौम के लिए खड़े हो वाहेगुरु जी का खालसा वाहेगुरु जी की फतेह। थैंक यू सो मच बोले सो रहा सारे का आ देखो तुसी गड्डियां उरे खड़ियां ने गड्डियां दे उत्ते झंडियां लगियां होईयां ने किसान मजदूर एकता जिंदाबाद सपोर्टिंग फार्मर्स आ सारे मुंडे मेरे ब्रैम्पटन तो ही हो सारे जाने किन्ने क बजे आए थे जीप दे मुरे भी साइन लग्या होया वा चार्ट दे उत्ते लिखा होया वा वी सपोर्ट फार्मर्स। मेरे किन्ने क बजे तो आए होए हो तुसी उरे भाई अराउंड असी 12:30 तो इत्थे आ 12:30 तो ठीक है जी ठीक है ते जेड़ी नेक्स्ट आई थिंक रैली होनी आ ओदे विच भी पहुंचेंगे जरूर पहुंचेंगे जी सारे जाने सारे होर वड्डा इकट्ठ पहुंचूगा हजे अज तक पता नहीं सी किसे नु अचानक रोड तो लंघता देखिया फिर असी अपनी कोशिश कीती जिन्ने वध तो वध लेके आ सकीए। ब्रैम्पटन तो ही हो मेरे हां जी ब्रैम्पटन तो ही जी की खास कारण सीगा अज आउण दा उरे भाजी बस असी लाइक फार्मर फैमिली तो बिलोंग करते हैं असं अपने बजुर्गों का साथ देना चाहते हैं वो उत्थे बेचारे दिन रात ठंड च मर रहे असं इतने इन्ना तो कर ही सकते हैं उन्होंने वास्ते। सो असी सारे अपील करते हैं भी जी नैक्सट रैली हो रही है ट्यूजडे आई थिंक उदन सारे वो तो वह जाने पहुँचो
ਐਂਡ ਆਪਣਾ ਵੱਧ ਤੋਂ ਵੱਧ ਹਿੱਸਾ ਪਾਓ ਅੰਦੋਲਨ ਦੇ ਵਿੱਚ। ਥੈਂਕ ਯੂ। ਸੋ ਪੁਲਿਸ ਦੀਆਂ ਕਾਫੀ ਗੱਡੀਆਂ ਹੁਣ ਉਰੇ ਗੇੜੇ ਕੱਢ ਰਹੀਆਂ ਨੇ, ਉਰੇ ਆ ਚੁੱਕੀਆਂ ਨੇ ਮੇ ਬੀ ਇਕੱਠ ਕਰਕੇ, ਬਟ ਮੋਸਟਲੀ ਸਾਰਿਆਂ ਨੇ ਮਾਸਕ ਪਾਈ ਹੋਏ ਸੀਗੇ, ਸੋਸ਼ਲ ਡਿਸਟੈਂਸਿੰਗ ਵੀ ਫੋਲੋ ਕੀਤੀ ਜਾ ਰਹੀ ਸੀ। ਸੋ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਜੀ ਉਰੇ, ਉਹਦਾ ਸਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਸੀਗੀ, ਪਰ ਜਦੋਂ ਸਾਨੂੰ ਪਤਾ ਲੱਗਿਆ ਵਟਸਐਪ ਥਰੂ ਤਾਂ ਮੈਂ ਰਵੀ ਨੂੰ ਉਹਦੀ ਕਿਹਾ ਵੀ ਇਹਦੇ ਕੋਲ ਗੱਡੀ ਸੀਗੀ, ਸੋ ਮੈਂ ਕਿਹਾ ਇਹਨੂੰ ਤੂੰ ਪਹੁੰਚ, ਅਤੇ ਮੈਂ ਤਾਂ ਇਹ ਵੀ ਉੱਥੇ ਪਹੁੰਚੇ, ਅਤੇ ਸਾਨੂੰ ਉੱਥੋਂ ਪਤਾ ਲੱਗਿਆ ਵੀ ਇਹ ਸਾਰਾ ਸ਼ੁਰੂ ਇੱਕ ਕੁੜੀ ਨੇ ਟਿਕਟੋਕ ਵੀਡੀਓ ਪਾਈ ਸੀ ਕਿਸੇ ਨੇ ਵੀ ਮੈਂ ਉੱਥੇ ਜਾ ਕੇ ਆਪਣਾ ਇਕੱਲਾ ਲਾਈਕ ਰੋਸ ਪ੍ਰਦਰਸ਼ਨ ਕਰੂੰਗੀ, ਸੋ ਆਮ ਨੋਟ ਸ਼ੋਰ ਕਿ ਉਹਦੇ ਵਿੱਚ ਕਿੰਨੀ ਸੱਚਾਈ ਆ। ਇਹ ਸਾਨੂੰ ਉੱਥੇ ਕਿਸੇ ਨੇ ਦੱਸਿਆ ਸੀਗਾ, ਸੋ ਉਹਨੂੰ ਦੇਖ ਕੇ ਸਾਰੇ ਜਾਣੇ ਫਿਰ ਹੌਲੀ ਹੌਲੀ ਇਕੱਠ ਹੋਣਾ ਸ਼ੁਰੂ ਹੋ ਗਿਆ, ਅਤੇ ਮੋਸਟਲੀ ਉੱਥੇ ਸਟੂਡੈਂਟਸ ਹੀ ਸੀਗੇ, ਅਤੇ ਬਾਕੀ ਸਾਰੀ ਲਾਈਕ ਉਰੇ ਦੀ ਜਿਹੜੀ ਹੋਰ ਕਮਿਊਨਿਟੀ ਆ, ਪੀਆਰ ਸਿਟੀਜ਼ਨ ਵੀ ਨੇ ਵੀ ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਬਾਰੇ ਸਾਨੂੰ ਇਹ ਨਹੀਂ, ਇਹ ਪ੍ਰੋਗਰਾਮ ਬਾਰੇ ਉੱਥੇ ਮਤਲਬ ਇਹ ਬ੍ਰੈਂਪਟਨ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ, ਨਾ ਮਾਤਰ ਨੂੰ ਇਹ ਪਤਾ ਸੀਗਾ, ਕਿਉਂਕਿ ਜਿਹੜੇ ਹੋਰ ਵੀ ਮੁੰਡੇ ਸੀ ਉਹ ਕਹਿੰਦੇ ਅਸੀਂ ਕੁਦਰਤੀ ਇੱਥੋਂ ਨਿਕਲ ਰਹੇ ਸੀ, ਅਸੀਂ ਦੇਖਿਆ ਵੀ ਇੱਥੇ ਚੱਲ ਰਿਹਾ ਤਾਂ ਅਸੀਂ ਆਏ, ਕਿਉਂਕਿ ਕੋਈ ਸਕੈਜੂਅਲ ਪ੍ਰੋਗਰਾਮ ਨਹੀਂ ਸੀਗਾ, ਬਟ ਫਿਰ ਵੀ ਉੱਥੇ ਉਮੀਦ ਨਾਲੋਂ ਬਹੁਤ ਜ਼ਿਆਦਾ ਮਤਲਬ ਕਿ ਆਪਣੇ ਕਮਿਊਨਿਟੀ ਇਕੱਠੀ ਹੋਈ ਇਸ ਰੋਸ ਪ੍ਰਦਰਸ਼ਨ ਦੇ ਵਿੱਚ। ਬਾਕੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਜਿਹੜਾ ਵੀਰ ਸੇਵਾ ਕਰ ਰਿਹਾ ਸੀਗਾ ਉੱਥੇ ਪੰਜਾਬ ਦੇ ਵਿੱਚ, ਜਿਹੜਾ ਲਾਈਕ ਜੇ ਕਿਸੇ ਦੇ ਟਰੈਕਟਰ ਖਰਾਬ ਹੋ ਰਹੇ ਸੀ ਇੱਕ ਤਰੀਕੇ ਦੀ ਮਕੈਨਿਕ ਵਾਲੀ ਸੇਵਾ ਕਰ ਰਿਹਾ ਸੀਗਾ, ਉਹਨਾਂ ਦੀ ਗੱਡੀ ਨੂੰ ਸ਼ਾਇਦ ਅੱਗ ਲੱਗ ਗਈ, ਸੋ ਉਹਦੀ ਪਲੀਜ਼ ਸਾਨੂੰ ਜੇ ਕਿਸੇ ਬੰਦੇ ਨੂੰ ਉਹ ਲਾਈਕ ਉਹ ਗੱਲ ਦੀ ਪੂਰੀ ਸੱਚਾਈ ਪਤਾ ਵਾ ਤਾਂ ਮੈਨੂੰ ਕੰਟੈਕਟ ਕਰੋ ਮੇਰੇ ਇੰਸਟਾਗ੍ਰਾਮ ਦੇ ਉੱਤੇ, ਜਾਂ ਸਾਨੂੰ ਨੰਬਰ ਛੱਡੋ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ, ਜੇ ਤੁਸੀਂ ਉਹ ਪਿੰਡ ਦੇ ਉੱਤੇ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਵੀ ਉਹ ਵੀਰ ਨਾਲ ਕੀ ਹੋਇਆ, ਜਿਵੇਂ ਉਹ ਵੀਡੀਓ ਨੂੰ ਦੇਖ ਕੇ ਲਾਈਕ ਬਹੁਤ ਦਿਲ ਜਿਹਾ ਦੁਖੀ ਹੋਇਆ, ਜਿਵੇਂ ਵੀਡੀਓ ਵਿੱਚ ਦੱਸਿਆ ਗਿਆ ਵੀ ਬਾਈ ਹਨਾ ਗੱਡੀ ਦੇ ਵਿੱਚ ਹੀ ਅੱਗ ਲੱਗੀ ਅਤੇ ਉੱਥੇ ਬਾਈ ਦੀ ਮੌਤ ਹੋ ਗਈ, ਸੋ ਜੇ ਉਹਨਾਂ ਦੀ ਕੋਈ ਵੀ ਫੈਮਿਲੀ ਦਾ ਮੈਂਬਰ ਜਾਂ ਕੁਛ ਵੀ ਯਾਰ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਟੈਕਟ ਕਰੇ, ਅਤੇ ਅਸੀਂ ਆਪਣੇ ਵੱਲੋਂ ਉਹਨਾਂ ਦੀ ਬਣ ਦੀ ਹੈਲਪ ਕਰਾਂਗੇ, ਕੋਸ਼ਿਸ਼ ਕਰਾਂਗੇ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਾਂਗੇ, ਸੋ ਪਲੀਜ਼ ਕੰਟੈਕਟ ਅਸ। ਅਤੇ ਜੀ ਹਰੇਕ ਬੰਦਾ ਆਪਣੇ ਆਪਣੇ ਲੈਵਲ 'ਤੇ ਇਹਦੇ ਵਿੱਚ ਯੋਗਦਾਨ ਪਾ ਰਿਹਾ, ਕਿਸੇ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਜਿਹੜਾ ਫੁਟੇਜ ਦੇ ਵਿੱਚ ਆ ਜਾਂਦਾ ਜਾਂ ਮੂਹਰੇ ਆ ਜਾਂਦਾ ਕੁਦਰਤੀ ਵੀਡੀਓ ਕਿਸੇ ਦੀ ਵਾਇਰਲ ਹੋ ਜਾਂਦੀ ਹੈ, ਬਟ ਕਈ ਬੰਦੇ ਬਿਹਾਈਂਡ ਦਾ ਸੀਨਸ ਵੀ ਇੱਥੋਂ ਵੀ ਕੈਨੇਡਾ ਤੋਂ ਈਵਨ ਸਟੂਡੈਂਟਸ ਵੀ ਇਕੱਠੇ ਕਰਕੇ ਪੈਸੇ ਭੇਜ ਰਹੇ ਨੇ, ਅਤੇ ਹੋਰ ਵੀ ਜਿਵੇਂ ਇੱਕ ਇੰਗਲੈਂਡ ਦੀ ਵੀਡੀਓ ਦੇਖੀ ਸੀ ਬਾਬਾ ਜੀ ਇਕੱਲੇ ਝੰਡਾ ਲੈ ਕੇ ਫਿਰ ਰਹੇ ਸੀਗੇ, ਸੋ ਹਰੇਕ ਬੰਦਾ ਆਪਣੇ ਲੈਵਲ 'ਤੇ ਕਰ ਰਿਹਾ ਅਤੇ ਬਹੁਤ ਸਹੀ ਜਾ ਰਿਹਾ ਸਾਰਾ ਕੁਛ, ਤੇ ਇਹਨੂੰ ਇਸੇ ਤਰੀਕੇ ਨਾਲ ਚੱਲਦੇ ਰਹਿਣਾ ਚਾਹੀਦਾ, ਇਹਦੇ ਵਿੱਚ ਕੋਈ ਵੀ ਗਰੁੱਪਬਾਜ਼ੀ ਨਾ ਹੋਵੇ, ਧੜੇਬਾਜ਼ੀ ਨਾ ਹੋਵੇ, ਜਿਵੇਂ ਚੱਲਿਆ ਹੁਣ ਤੱਕ ਉਵੇਂ ਚੱਲਣਾ ਚਾਹੀਦਾ, ਬਹੁਤ ਸਹੀ ਜਾ ਰਿਹਾ ਆਪਣਾ, ਮਤਲਬ ਕਿ ਟਾਸਕ ਐਨ ਅਚੀਵ ਹੁੰਦਾ ਦਿਖ ਰਿਹਾ ਵਾ, ਅਤੇ ਸਭ ਤੋਂ ਵੱਡਾ ਐਫਰਟ ਤਾਂ ਉਹਨਾਂ ਦਾ ਹੀ ਆ ਜਿਹੜੇ ਲਾਈਕ ਫਰੰਟ ਲਾਈਨ ਦੇ ਉੱਤੇ ਬੈਠੇ ਆ, ਜਿਹੜੇ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਨੇ ਨਾ, ਉਸ ਤੋਂ ਇਲਾਵਾ ਜਿਹੜੇ ਲਾਈਕ ਵਿਦੇਸ਼ਾਂ ਦੇ ਵਿੱਚ ਨੂੰ ਆਪਣੇ ਹਿਸਾਬ ਨਾਲ ਆਪਣੀ ਸੇਵਾ ਕਰ ਰਹੇ ਨੇ, ਜਿਹੜੇ ਲੋਕ ਦਿੱਲੀ ਦੇ ਵਿੱਚ ਨੇ ਉਹ ਆਪਣੇ ਹਿਸਾਬ ਨਾਲ ਰਾਸ਼ਨ ਪਾਣੀ ਪਹੁੰਚਾ ਰਹੇ ਨੇ, ਅੱਜ ਮੈਂ ਕਿਸੇ ਕੁੜੀ ਦੀ ਵੀਡੀਓ ਦੇਖੀ, ਉਹ ਆਈ ਥਿੰਕ ਭੋਪਾਲ ਦੀ ਆ, ਉੱਥੇ ਆਪਣੇ ਉਹਨਾਂ ਨੂੰ ਚਾਹ ਪਿਲਾ ਰਹੀ ਆ ਜਿਹੜੇ ਕਿਸਾਨ ਭਰਾ ਬੈਠੇ ਨੇ, ਸੋ ਇੰਨੇ ਦੁੱਖ ਦੇ ਵਿੱਚ ਵੀ ਲਾਈਕ ਜਿਹੜੀ ਮੇਨ ਗੱਲ ਦੀ ਖੁਸ਼ੀ ਹੋਏ ਏਕਤਾ ਦੇਖ ਕੇ ਇੰਨੀ ਜ਼ਿਆਦਾ ਖੁਸ਼ੀ ਹੋਈ ਆ, ਮੈਂ ਲਾਈਕ ਸਾਰਾ ਪੰਜਾਬ ਐਵਰੀ ਸਿੰਗਲ ਹਿਊਮਨ, ਕੋਈ ਕਾਸਟ ਦਾ ਰੌਲਾ ਨਹੀਂ, ਕੋਈ ਰਿਲੀਜਨ ਦਾ ਰੌਲਾ ਨਹੀਂ, ਕੋਈ ਆਏ ਨਹੀਂ, ਅਮੀਰ ਗਰੀਬ ਹਰਿਆਣੇ ਵਾਲਿਆਂ ਨੇ ਇੰਨਾ ਸਾਥ ਦਿੱਤਾ, ਸੋ ਐਵਰੀ ਵਨ ਲਾਈਕ ਇੱਦਾਂ ਮੁੱਠੀ ਬਣ ਗਏ, ਤਾਂ ਉਹਨਾਂ ਨੂੰ ਫਿਰ ਉਹ ਨਾਕੇ ਜੇ ਵੀ ਸਾਰਾ ਕੁਛ ਖੋਲ੍ਹਣਾ ਪਿਆ, ਸੋ ਸਾਰਿਆਂ ਨੂੰ ਆਪਣਾ ਲਾਈਕ ਸੰਯਮ ਸਾਰਾ ਕੁਛ ਜਿਵੇਂ ਚੱਲਦੇ ਆ ਰਹੇ ਨੇ, ਜਿਹਨਾਂ ਲੀਡਰਾਂ ਦੇ ਥੱਲੇ ਨੇ, ਹੁਣ ਕੋਈ ਨਵੇਂ ਲੀਡਰ ਵੀ ਆਉਣਗੇ ਜਿਹੜੇ ਉੱਪਰ ਆ ਕੇ ਗਰੁੱਪਬਾਜ਼ੀ ਕਰਨਗੇ, ਹੈ ਨਾ, ਡਿਵਾਈਡ ਵੀ ਕਰਨਗੇ ਜਿਹੜਾ ਪ੍ਰੋਟੈਸਟ ਆ, ਸੋ ਆਪਾਂ ਨੂੰ ਸਮਾਰਟ ਰਹਿ ਕੇ ਚੱਲਣਾ ਚਾਹੀਦਾ, ਹਰੇਕ ਪੁਆਇੰਟ 'ਤੇ ਆਪਾਂ ਨੂੰ ਇਹ ਕੁਐਸਚਨ ਪੁੱਛਣਾ ਵਾ, ਜਦੋਂ ਵੀ ਆਪਾਂ ਕੋਈ ਗਰੁੱਪ ਜੁਆਇਨ ਕਰ ਰਹੇ ਵੀ ਆਪਾਂ ਘਰੋਂ ਕਿਹੜੀ ਚੀਜ਼ ਕਰਕੇ ਨਿਕਲੇ ਹੋਏ ਹਾਂ, ਆਪਾਂ ਘਰੋਂ ਨਿਕਲੇ ਹੋਏ ਆ ਵੀ ਉਹ ਬਿੱਲ ਨੇ ਜਿਹੜੇ ਉਹ ਵਾਪਸ ਲੈ ਜਾਣੋ, ਉਹ ਸਾਰਾ ਜਿਹੜਾ ਲਾਅ ਆ ਉਹ ਰੱਦ ਕੀਤਾ ਜਾਵੇ, ਮੇਨ ਜਿਹੜਾ ਆਪਣਾ ਟਾਰਗੇਟ ਆ ਫੋਕਸ ਉਹਦੇ ਉੱਤੇ ਆਪਾਂ ਹਮੇਸ਼ਾ ਫੋਕਸ ਰੱਖਣਾ, ਉਹ ਹਟਣਾ ਨਹੀਂ ਚਾਹੀਦਾ, ਸਿਰਫ ਉਹ ਦੇਖਣਾ ਚਾਹੀਦਾ, ਲੌਂਗ ਟਰਮ ਸ਼ਾਰਟ ਟਰਮ ਹੋਰ ਕੁਛ ਨਹੀਂ ਦੇਖਣਾ ਚਾਹੀਦਾ। ਜਿੰਨੇ ਸਿੰਗਰ ਨੇ, ਸੈਲੀਬ੍ਰਿਟੀਜ਼ ਨੇ, ਜਿਵੇਂ ਦੀਪ ਬਾਈ ਹੋ ਗਿਆ, ਉਹਦੀਆਂ ਕਾਫੀ ਵੀਡੀਓਜ਼ ਆ ਹਨਾ, ਜਿਹੜਾ ਐਕਟਰ ਆ ਉਹ ਬਹੁਤ ਵਧੀਆ ਰੋਲ ਪਲੇ ਕਰ ਰਿਹਾ, ਬਾਈ ਦੀ ਇੰਟਰਵਿਊ ਵੀ ਸੁਣੀ, ਸੋ ਹੀ ਇਜ਼ ਡੂਇੰਗ ਰੀਅਲੀ ਗੁੱਡ, ਤੇ ਬਾਕੀ ਵੀ ਜਿਹੜੇ ਸਾਰੇ ਬਜ਼ੁਰਗ ਪਹੁੰਚੇ ਨੇ ਹਨਾ, ਮਤਲਬ ਯਾਰ ਕਿੰਨੇ ਕਿੰਨੇ ਜ਼ਿਆਦਾ ਸਟੋਰੀਜ਼ ਆ ਰਹੀਆਂ ਨੇ ਨਿਕਲ ਕੇ, ਕਿੰਨੇ ਚੰਗੇ ਚੰਗੇ ਲੋਕ ਮੂਹਰੇ ਆ ਰਹੇ ਨੇ, ਸਾਰੇ ਕਿਸਾਨ ਭਰਾਵਾਂ ਦੀ ਹੈਲਪ ਕਰ ਰਹੇ, ਚੰਗੇ ਆ ਰਹੇ ਨੇ ਕੁਛ, ਉਹ ਵੀ ਯਾਦ ਰੱਖੋ ਮਾੜੇ ਜਿਹੜੇ ਫਿਲਮ ਸਤਾਰੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ, ਬਹੁਤ ਕੁਛ ਕਹਿੰਦੇ ਆ, ਜਿਨ੍ਹਾਂ ਨੇ ਇੱਕ ਵੀ ਟਵੀਟ ਨਹੀਂ ਪਾਈ, ਸਗੋਂ ਅਗੇਂਸਟ ਟਵੀਟਾਂ ਪਾਈਆਂ ਨੇ ਜਾਂ ਕੁਛ ਵੀ ਕਿਹਾ ਬਿਆਨ ਦਿੱਤੇ ਨੇ, ਉਹਨਾਂ ਨੂੰ ਵੀ ਯਾਦ ਰੱਖੋ, ਤੇ ਜਦੋਂ ਆਉਣਗੇ ਕਦੇ ਪੰਜਾਬ ਕੋਈ ਵੀ ਚੀਜ਼ ਰਿਲੀਜ਼ ਕਰਨਗੇ ਆਪਣੀ ਪ੍ਰਮੋਟ ਕਰਨਗੇ, ਉਹ ਵੀ ਯਾਦ ਰੱਖਿਆ ਕਰੋ, ਇਹ ਭੁੱਲਿਆ ਨਾ ਕਰੋ ਵੀ ਇਹਨੇ ਸਾਥ ਦਿੱਤਾ ਸੀ ਤੇ ਇਹਨੇ ਨਹੀਂ ਸਾਥ ਦਿੱਤਾ ਸੀਗਾ, ਤੁਸੀਂ ਪਤਾ ਹੀ ਆ ਤੁਹਾਨੂੰ ਕਿਹੜੇ ਕਿਹੜੇ ਨੇ, ਸੋ ਆਪਾਂ ਨੂੰ ਇਹ ਪੁਆਇੰਟ ਦੇ ਉੱਤੇ ਆ ਕੇ ਲਾਈਕ ਫੇਕ ਨਿਊਜ਼ ਤੋਂ ਬਚਣ ਦੀ ਬਹੁਤ ਜ਼ਿਆਦਾ ਲੋੜ ਆ, ਜਿਹੜੇ ਤੁਹਾਨੂੰ ਚੈਨਲਸ ਵਗੈਰਾ ਜਿਵੇਂ ਆਪਣੇ ਮੋਸਟਲੀ ਉੱਤੇ ਫਾਰਮਰਸ ਨੇ ਮੈਂ ਦੇਖਿਆ ਗੋਦੀ ਮੀਡੀਆ ਕਹਿ ਦਿੰਦੇ ਆ ਨਾ, ਤੇ ਮਤਲਬ ਜਮਾਂ ਉਹਨਾਂ ਨੇ ਬਾਇਕਾਟ ਕੀਤਾ ਹੋਇਆ,
ਤੇ ਐਫਰਟ ਕਰ ਰਿਹਾ ਵਾ ਮੋਸਟ ਆਫ ਦੀ ਪਰ ਹੁਣ ਕਈ ਲਾਈਕ ਲੋਕ ਬਿਜ਼ੀ ਹੁੰਦੇ ਜਿਵੇਂ ਅੱਜ ਮੈਂ ਵੀ ਸਾਰੀ ਰਾਤ ਮੈਂ ਜਾਗਦਾ ਸੀਗਾ ਅੰਗਦ ਕਰਕੇ ਉਹ ਦਿਨ ਹੀ ਮੋਸਟਲੀ ਸੌਂਦਾ ਵਾ ਰਾਤ ਨੂੰ ਜਾਗਦਾ ਰਹਿੰਦਾ ਪਰ ਮੈਂ ਜਦੋਂ ਦੁਬਾਰਾ 10-11-12 ਵਜੇ ਉੱਠਿਆ ਮੈਂ ਰੋਟੀ ਰੋਟੀ ਖਾਧੀ ਫਿਰ ਮੈਂ ਦੇਖਿਆ ਵੀ ਯਾਰ ਹੈਗਾ ਮੈਂ ਜਦੀ ਪ੍ਰੋਟੈਸਟ ਦੇ ਵਿੱਚ ਪਾਰਟੀਸਪੇਟ ਕੀਤਾ ਚਲੋ ਜੀ ਜਿੱਥੇ ਵੀ ਕੋਈ ਵੀ ਇੱਦਾਂ ਦੀ ਪ੍ਰੋਟੈਸਟ ਆ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋਏ ਤੁਸੀਂ ਜ਼ਰੂਰ ਪਾਇਓ ਕੋਸ਼ਿਸ਼ ਕਰਿਓ ਸਾਰੇ ਕਰ ਰਹੇ ਨੇ ਵੱਧ ਚੜ ਕੇ ਕਰ ਰਹੇ ਨੇ ਅਸੀਂ ਤਾਂ ਕੁਛ ਵੀ ਨਹੀਂ ਕੀਤਾ ਸਾਤੋਂ ਤਾਂ ਬਹੁਤ ਵੱਧ ਜਿਹੜੇ ਮਤਲਬ ਕਿ ਦਿੱਲੀ ਬੈਠੇ ਨੇ ਉਹਨਾਂ ਦੀ ਸੋਚਣ ਵਾਲੀ ਗੱਲ ਆ ਠੰਡ ਦੇ ਵਿੱਚ ਘਰ ਬਾਰ ਛੱਡ ਕੇ ਉੱਥੇ ਬੈਠਣਾ ਵਾਸ਼ਰੂਮ ਜਾਣ ਦਾ ਕਿੰਨਾ ਔਖਾ ਬੀਬੀਆਂ ਲਈ ਕਿੰਨਾ ਔਖਾ ਸੋ ਜਿੰਨੇ ਆਪਾਂ ਇੰਤਜ਼ਾਮ ਕਰ ਸਕਦੇ ਉਹਨੇ ਕਰੀਏ ਜਿੰਨੇ ਆਪਾਂ ਫੰਡਸ ਰੇਜ਼ ਕਰ ਸਕਦੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰੀਏ ਤੇ ਜੇ ਉਹ ਐਂਡ ਦੇ ਵਿੱਚ ਫਿਰ ਅਸੀਂ ਕਹਿੰਦੇ ਵੀ ਜੇ ਜਿਹੜੇ ਟਰੈਕਟਰ ਵਾਲਾ ਵੀਰ ਜਿਹੜਾ ਰਿਪੇਅਰ ਕਰਦਾ ਸੀ ਗੱਡੀ ਨੂੰ ਅੱਗ ਲੱਗੀ ਆ ਜੇ ਉਹਨਾਂ ਬਾਰੇ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆ ਸਹੀ ਇਨਫੋਰਮੇਸ਼ਨ ਆ ਤੁਸੀਂ ਕਨਫਰਮ ਕਰਕੇ ਤਾਂ ਸਾਨੂੰ ਤੁਸੀਂ ਜ਼ਰੂਰ ਦੱਸਿਓ ਤੇ ਕਮੈਂਟ ਆਏ ਸੀਗੇ ਵੀ ਤੁਸੀਂ ਪਿਛਲੇ 2 ਦਿਨ ਵੀਡੀਓ ਨਹੀਂ ਪਾਈਆਂ ਹੈਗੀਆਂ ਕਾਤੇ ਨਹੀਂ ਪਾਈਆਂ ਬਸ ਆਏ ਚੱਕਰਾਂ ਦੇ ਵਿੱਚ ਨਹੀਂ ਪਾਈਆਂ ਸਾਨੂੰ ਲੱਗਿਆ ਵੀ ਮੋਰ ਫੋਕਸ ਸਾਰਾ ਜਿਹੜਾ ਉਹ ਫਾਰਮਿੰਗ ਸਾਰਾ ਉਹ ਪ੍ਰੋਟੈਸਟ ਦੇ ਉੱਤੇ ਹੋਣਾ ਚਾਹੀਦਾ ਵਾ ਕਿਉਂਕਿ ਸਾਰਾ ਪੰਜਾਬ ਲਾਈਕ ਇੱਕ ਮੁੱਢ ਤੋਂ ਲੈ ਕੇ ਸਾਰਾ ਉਹਦੇ ਪਿੱਛੇ ਲੱਗਿਆ ਹੋਇਆ ਸੋ ਲਾਈਕ ਦੈਟਸ ਵਾਈ ਆਪਾਂ ਉਹ ਲਾਈਕ ਵੀਡੀਓਜ਼ ਨਹੀਂ ਪਾਈਆਂ ਹੈਗੀਆਂ ਫੀਲ ਹੀ ਨਹੀਂ ਆਇਆ ਮੈਂ ਕਿਹਾ ਵੀਡੀਓ ਕਿਵੇਂ ਬਣਾ ਕੇ ਪਾਉਣੀ ਆ ਜਿਹੜੀਆਂ ਪਹਿਲਾਂ ਵੀ ਵੀਡੀਓ ਪਾਈ ਸੀ 2-3 ਦਿਨ ਪਹਿਲਾਂ ਕਿਸਾਨਾਂ ਦੇ ਹਿੱਤ ਵਿੱਚ ਪਾਈ ਸੀ ਪਰ ਉਹ ਕਈ ਕੰਟਰੀਜ਼ ਦੇ ਵਿੱਚ ਚੱਲੀ ਨਹੀਂ ਕਈ ਕੰਟਰੀਜ਼ ਦੇ ਵਿੱਚ ਕਾਫੀ ਚੱਲੀ ਆ ਮੇਰੇ ਮੇਨ ਜਦੋਂ ਮੈਂ ਖੋਲਦਾ ਮੈਨੂੰ ਵੀ ਡਿਸਪਲੇ ਨਹੀਂ ਹੋਈ ਮੈਨੂੰ ਚੱਲਦੀ ਸੀ ਸੋ ਇਦਾਂ ਲਾਈਕ ਕਾਫੀ ਪਤਾ ਨਹੀਂ ਮੈਂ ਵੀ ਯੂਟਿਊਬ ਦਾ ਰਹਿ ਸੀਗਾ ਸੋ ਆਪਾਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਹੋਪਫੁਲੀ ਆਪਣੇ ਹੱਕ ਦੇ ਵਿੱਚ ਐਂਡ ਦੇ ਲਾਈਕ ਫੈਸਲਾ ਹੋਊਗਾ ਤੇ ਧਰਨੇ ਛੇਤੀ ਤੋਂ ਛੇਤੀ ਮੁੱਕਣ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆਪਾਂ ਨੂੰ ਸਾਰੇ ਉੱਥੇ ਦਿੱਲੀ ਵੀ ਆਪਣੀ ਸਿਹਤ ਦਾ ਖਿਆਲ ਰੱਖਿਓ ਹਾਂਜੀ ਧਿਆਨ ਰੱਖਿਓ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਆਪਣੇ ਤੇ ਸਾਰਿਆਂ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।